ਇਸ ਨੂੰ ਆਪਦੇ ਤੋਂ ਕਮਤਰ ਨਹੀਂ ਸਮਝਣਾ ਚਾਹੀਦਾ। ਗਲਤੀਆਂ ਇਨਸਾਨਾਂ ਕੋਲੋਂ ਹੀ ਹੁੰਦੀਆਂ ਨੇ, ਜਾਨਵਰਾਂ ਕੋਲੋਂ ਨਹੀਂ ਹੁੰਦੀਆਂ। ਘਰ ਦੇ ਹਾਲਾਤੋਂ ਵਾਕਿਆਤ ਜਿਹੜੇ ਨੇ ਨਾ, ਉਹ ਇੰਨੇ ਜ਼ਿਆਦਾ ਤਬਦੀਲ ਹੋ ਗਏ ਨਾ। ਇੱਧਰ ਵੇਖੋ, ਪਾਪਾ ਨੂੰ ਕੁਛ ਲੱਭ ਗਿਆ। ਮਾਮਾ ਉਹ ਪਾਵੇ ਤੇ ਚੜ੍ਹ ਜਾਂਦੀ ਹੈ। ਮੇਰੇ ਬਚਪਨ ਕੇ ਦਿਨ ਕਿਤਨੇ ਅੱਛੇ ਥੇ ਦਿਨ, ਮੇਰੇ ਬਚਪਨ ਕੇ ਦਿਨ ਅੱਜ ਬੈਠੇ ਬਿਠਾਏ ਕਿਉਂ ਯਾਦ ਆ ਗਏ। ਚੱਲ ਅੱਛਾ, ਮੈਂ ਬਚਪਨ ਦੀ ਇੱਕ ਕਹਾਣੀ ਸੁਣਾ। ਅਸਲਾਮ ਅਲੈਕੁਮ, ਵੈਲਕਮ ਟੂ ਨਿਊ ਵਲੌਗ। ਸਦਾ ਹੱਸਦੇ ਰਹੋ, ਵਸਦੇ ਰਹੋ, ਸ਼ਾਦ ਰਹੋ ਅਤੇ ਆਬਾਦ ਰਹੋ। ਆਮੀਨ ਸੁਮ ਆਮੀਨ। ਮਾਸ਼ਾਅੱਲਾ ਜੀ, ਸੁਬਹਾ ਸੁਬਹਾ ਦਾ ਟਾਈਮ ਹੈ, ਬਹੁਤ ਹੀ ਪਿਆਰਾ ਮੌਸਮ ਹੈ, ਠੀਕ ਹੈ। ਅਤੇ ਮਤਲਬ ਅੱਜ ਨਾ ਹਲੇ ਤੱਕ ਇੰਨੀ ਜ਼ਿਆਦਾ ਗਰਮੀ ਹੈ, ਨਾ ਹਲੇ ਇੰਨੀ ਜ਼ਿਆਦਾ ਸਰਦੀ ਹੈ, ਠੀਕ ਹੈ। ਅਤੇ ਐਂ ਵੇਖੋ ਜੀ, ਘਰ ਦੇ ਹਾਲਾਤ ਫਿਲਹਾਲ ਆਹ ਨੇ, ਠੀਕ ਹੈ। ਸਮਝ ਨਹੀਂ ਆਉਂਦੀ ਵੀ ਕੀ ਕਰੀਏ ਅਤੇ ਕੀ ਨਾ ਕਰੀਏ, ਕਿਉਂਕਿ ਹੁਣ ਹਰ ਚੀਜ਼ ਬਿਖਰੀ ਪਈ ਹੈ। ਘਰ ਟੱਠਿਆ ਪਿਆ ਵਾ, ਉੱਧਰ ਵਾਲਾ ਤਕਰੀਬਨ ਹਾਫ ਬਣਿਆ ਵਾ, ਕਿਉਂਕਿ ਜਿਹੜੀ ਛੱਤ ਵਗੈਰਾ ਪਾਪਾ ਕਹਿ ਰਹੇ ਸੀ ਇਕੱਠੀ ਡਾਲਣੀ ਹੈ ਸਾਰੇ ਘਰ ਦੇ, ਠੀਕ ਹੈ। ਉਸ ਤੋਂ ਬਾਅਦ ਰਹਿ ਗਈ ਗੱਲ ਆਹ ਲੈ ਦੀ, ਜਿੰਦਾ ਸਾਰਾ ਸਮਾਨ, ਕੋਈ ਇੱਦਾਂ ਸਮਾਨ ਉੱਧਰ ਪਿਆ ਵਾ, ਕੋਈ ਉੱਧਰ ਪਿਆ ਵਾ, ਕੋਈ ਉੱਧਰ ਪਿਆ। ਘਰ 'ਚ ਇੰਨੀ ਟੈਨਸ਼ਨ ਹੈ ਨਾ, ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਸਾਨੂੰ ਤਾਂ ਸਮਝ ਹੀ ਨਹੀਂ ਆਉਂਦੀ ਵੀ ਕੀ ਕਰੀਏ ਅਤੇ ਕੀ ਨਾ ਕਰੀਏ। ਮੰਮਾ ਵੀ ਵਿਚਾਰੀ ਨਾ, ਕੱਲ੍ਹ ਦੀ ਬਸ ਹਾਂਜੀ, ਮੰਮਾ ਦਾ ਦਿਲ ਹੀ ਨਹੀਂ ਕਰਦਾ ਪਿਆ ਖੁਸ਼ ਕਰਨ ਨੂੰ। ਅਸੀਂ ਗੱਲ ਜਦੋਂ ਘਰ ਦੇ ਹਾਲਾਤ ਹੋਣ, ਬੰਦੇ ਦਾ ਦਿਲ ਹੀ ਨਹੀਂ ਕਰਦਾ ਖੁਸ਼ ਕਰਨ ਨੂੰ, ਬੰਦਾ ਕਹਿੰਦਾ ਦਫਾ ਹੋ, ਮੈਂ ਵੀ ਨਹੀਂ ਕਰਦਾ, ਠੀਕ ਹੈ। ਇਸ ਵਾਸਤੇ ਜਿਹੜਾ ਨਾ ਬੜੀ ਮੁਸੀਬਤ ਬਣੀ ਪਈ ਹੈ ਮੈਨੂੰ, ਅਤੇ ਆਪ ਨਹੀਂ ਸਮਝ ਆ ਰਹੀ ਵੀ ਕੀ ਕਰੀਏ ਅਤੇ ਕੀ ਨਾ ਕਰੀਏ। ਇੱਧਰ ਵੀ ਕੋਈ ਸਾਡਾ ਅੰਦਰੂਨੀ ਵਾਸ਼ਰੂਮ ਦਾ ਜਿਹੜੀ ਨਹੀਂ ਹਾਲ, ਧੋਪਾ ਧੋਪਾ ਕੀ ਹੋ ਸਕਦਾ ਹੁਣ, ਅੱਲਾ ਹੀ ਜਾਣਦਾ ਵਾ, ਠੀਕ ਹੈ। ਅਤੇ ਬਾਕੀ ਤੁਸੀਂ ਸਾਡੇ ਵਾਸਤੇ ਦੁਆ ਕਰਿਆ ਜੀ, ਠੀਕ ਹੈ, ਵੀ ਸਾਡਾ ਘਰ ਫਟਾਫਟ ਛੇਤੀ ਛੇਤੀ ਬਣ ਜਾਵੇ। ਅੱਛਾ, ਹਮਕੋ ਸਿਖਾ ਰਿਹਾ ਹੈ? ਸਿੱਖਿਆ ਜਦੋਂ ਬੰਦਾ ਘਰ ਬਣਾਉਣ ਲੱਗ ਪਵੇ, ਘਰ ਛੇਤੀ ਤਾਂ ਕੋਈ ਨਹੀਂ ਬਣਦਾ ਹੈਗਾ, ਪਰ ਆਹ ਹੈਗਾ ਵਾ ਵੀ ਕੋਈ ਬਣ ਵੀ ਜਾਂਦੇ ਨੇ, ਠੀਕ ਹੈ। ਪਰ ਆਪਣੇ ਹੰਗੇ ਜਿਹੜੇ ਹੁੰਦੇ ਨਾ, ਆਪਾਂ ਸਹੀ ਪੁੱਛੋ ਨਾ, ਆਪਾਂ ਨਾ ਐਡੀਆਂ ਅੱਲਾ ਫੈਮਲੀਆਂ ਤਾਂ ਨਹੀਂ ਹੈ, ਆਪਾਂ ਮਿਡਲ ਕਲਾਸ ਫੈਮਲੀ ਹਾਂ। ਆਪਾਂ ਜਦੋਂ ਘਰ ਬਣਾਉਣਾ ਹੁੰਦਾ, ਆਪਾਂ ਨੂੰ ਥੋੜ੍ਹੀ ਦੇਰ ਲਾਜ਼ਮੀ ਲੱਗਦੀ, ਠੀਕ ਹੈ। ਇੱਕੋ ਵਾਰੀ ਆਪਣੇ ਘਰ ਨਹੀਂ ਬਣਦੇ, ਠੀਕ ਹੈ। ਬਾਕੀ ਅੱਜ ਜਿਹੜਾ ਨਾ, ਮੈਂ ਦੇਰ ਨਾਲ ਉੱਠੀ ਹਾਂ, ਠੀਕ ਹੈ। ਮੇਰੀ ਯੂਨੀਫਾਰਮ ਵੀ ਇਸਤਰੀ ਕਰਨਾ ਨਹੀਂ ਪਈ, ਮੇਰੀ ਮੰਮਾ ਨੇ ਮੇਰਾ ਯੂਨੀਫਾਰਮ ਵੀ ਇਸਤਰੀ ਕੀਤਾ, ਅਤੇ ਮੰਮਾ ਕਹਿੰਦੇ ਪੁੱਤ ਚੱਲ ਆਪੇ ਯੂਨੀਫਾਰਮ ਇਸਤਰੀ ਕਰ, ਬੈਗ ਸ਼ੁਕਰ ਅਲਹਮਦੁਲਿਲਾ ਰੈਡੀ ਹੈ, ਹੁਣ ਫਟਾਫਟ ਆਪਾਂ ਕਰਨਾ ਯੂਨੀਫਾਰਮ ਇਸਤਰੀ। ਉਸ ਤੋਂ ਬਾਅਦ ਮੰਮਾ ਨੂੰ ਕਹਿਣਾ ਵਾ, ਮੰਮਾ ਜੀ ਪਲੀਜ਼ ਮੈਨੂੰ ਨਾਸ਼ਤਾ ਦੇ ਦੇ, ਫਿਰ ਨਾਸ਼ਤਾ ਕਰਕੇ ਫਿਰ ਜਾਣ ਵਾਲੇ ਬੰਨਾ ਵਾ। A few moments later. ਹੁਣ ਅਸੀਂ ਚੱਲੇ ਹਾਂ ਜੀ ਕਾਲਜ, ਠੀਕ ਹੈ। ਤੁਸੀਂ ਮੇਰੇ ਵਾਸਤੇ ਦੁਆ ਕਰਿਓ, ਖੈਰ ਇਸਲਾਮ 'ਤੇ ਪਹੁੰਚ ਜਾਏਗੀ, ਠੀਕ ਹੈ। ਅਤੇ ਬਾਕੀ ਜੀ, ਦੁਆ ਨਾ ਮੋਮਿਨ ਦਾ ਹਥਿਆਰ ਹੈ, ਹਰ ਸੂਰਤ 'ਚ ਦੁਆ ਲਾਜ਼ਮੀ ਕਰਦੇ ਰਿਹਾ ਕਰਨਾ। ਅਤੇ ਬਾਕੀ ਜੀ, ਇੱਕ ਮੈਂ ਵਲੌਗ 'ਚ ਕਿਹਾ ਸੀ ਕਿ ਇਨਸ਼ਾਅੱਲਾ ਇਸ ਵਾਰੀ ਫਸਟ ਈਅਰ 'ਚ ਜੀ ਮੈਂ ਫਸਟ ਸੈਕਿੰਡ ਪੋਜੀਸ਼ਨ 'ਤੇ ਲਾਜ਼ਮੀ ਲਾਂਗੀ। ਅਤੇ ਕਾਫੀ ਸਾਰੇ ਭੈਣ ਭਰਾਵਾਂ ਨੇ ਨਾ ਮੇਰਾ ਕਮੈਂਟ ਬਾਕਸ 'ਚ ਮਜ਼ਾਕ ਉਡਾਇਆ। ਅਤੇ ਬਾਕੀ ਤੁਹਾਨੂੰ ਮੈਂ ਦੱਸਦਾ, ਕਿਸੇ ਨੂੰ ਆਪਦੇ ਤੋਂ ਕਮਤਰ ਨਹੀਂ ਸਮਝਣਾ ਚਾਹੀਦਾ। ਗਲਤੀਆਂ ਇਨਸਾਨਾਂ ਕੋਲੋਂ ਹੀ ਹੁੰਦੀਆਂ ਨੇ, ਜਾਨਵਰਾਂ ਕੋਲੋਂ ਨਹੀਂ ਹੁੰਦੀਆਂ, ਠੀਕ ਹੈ। ਇੱਕ ਦੋ ਵਾਰੀ ਹੁੰਦੀ ਹੈ ਮਿਸਟੇਕ, ਹਰ ਵਾਰੀ ਨਹੀਂ ਹੁੰਦੀ। ਅਤੇ ਬਾਕੀ ਜਿਹੜੇ ਭੈਣ ਭਰਾ ਮਜ਼ਾਕ ਉਡਾਉਂਦੇ ਨੇ ਨਾ, ਅੱਲਾਹ ਤਾਲਾ ਉਹਨਾਂ ਨੂੰ ਹਦਾਇਤ ਦੇਵੇ। ਅਤੇ ਬਾਕੀ ਰਹਿ ਗਈ ਗੱਲ ਵੀ ਤੁਸੀਂ ਹੱਸਣ ਦਾ ਸੀ ਫਸਟ ਅਤੇ ਸੈਕਿੰਡ ਪੋਜੀਸ਼ਨ 'ਤੇ, ਉਹ ਵੀ ਆਇਸ਼ਾ ਦੀ। ਅਤੇ ਜੀ, ਇਸ ਵਾਰੀ ਮੈਂ ਤੁਹਾਨੂੰ ਇਨਸ਼ਾਅੱਲਾ ਪਰੂਫ ਕਰਕੇ ਵਿਖਾਵਾਂਗੀ, ਠੀਕ ਹੈ। ਚੱਲ ਝੂਠਾ,
ਅਤੇ ਪੋਜੀਸ਼ਨ ਤਾਂ ਭਾਵਾਂ ਆਵੇ ਜਾਂ ਨਾ ਆਵੇ ਅੱਛੇ ਨੰਬਰ ਲੈ ਕੇ ਵਿਖਾਵਾਂਗੀ ਫਸਟ ਈਅਰ ਸੈਕਿੰਡ ਈਅਰ 'ਚ, ਠੀਕ ਹੈ? ਤੁਸੀਂ ਹੱਸ ਲਓ ਜਿੰਨਾ ਵੀ ਹੱਸਣਾ ਵਾ ਫਸਟ ਜਾਂ ਸੈਕਿੰਡ, ਠੀਕ ਹੈ? ਅਤੇ ਬਾਕੀ ਖੈਰ ਮੈਂ ਇਸ ਮੌਜੂ 'ਤੇ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦੀ। ਕਿਹਾ ਮੈਂ ਅੱਜ ਮੇਰੇ ਪਾਪਾ ਨੇ ਮੈਨੂੰ ਦੱਸਿਆ ਅਤੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਇਆ। ਮੈਂ ਕਿਹਾ ਖੈਰ ਐਵੇਂ ਨਹੀਂ ਕਰਨਾ ਚਾਹੀਦਾ ਸੀ ਜੀ ਤੁਹਾਨੂੰ, ਠੀਕ ਹੈ? ਅਤੇ ਚਲੋ ਕੋਈ ਨਹੀਂ, ਖੈਰ ਜਿੰਨੇ ਜਿਵੇਂ ਕਰ ਲਿਆ ਤਾਰਾ ਉਹਨੂੰ ਖੁਸ਼ ਰੱਖੇ, ਠੀਕ ਹੈ? ਚਲੋ ਜੀ ਹੁਣ ਮੈਂ ਚੱਲੀ ਹਾਂ ਜੀ ਕੋਲਜ, ਠੀਕ ਹੈ? ਕਿਉਂਕਿ ਕਾਫੀ ਦੇਰ ਹੋ ਗਈ ਹੁਣ ਨਾ ਸਕੂਲ ਸਕੂਲ ਕਹਿ ਕੇ ਆਦਤ ਹੋਈ ਹੋਈ ਆ, ਹੁਣ ਕੋਲਜ ਕਹਿਣ ਲੱਗਿਆ ਮੂੰਹ 'ਚੋਂ ਆਪੇ ਹੀ ਸਕੂਲ ਨਿਕਲ ਜਾਂਦਾ ਵਾ, ਠੀਕ ਹੈ? ਅਤੇ ਤੁਸੀਂ ਦੁਆ ਕਰਾਂ ਜੀ ਮੇਰੇ ਆਉਂਦੇ ਤੱਕ ਆਹ ਹਾਲਾਤ ਠੀਕ ਹੋਏ ਹੁਣ। ਆਮੀਨ ਸੁਮਾਮੀਨ। ਬਸ ਇਹ ਗੱਲ ਤਾਂ ਝੂਠੀ ਹੈ ਨਾ, ਠੀਕ ਹੈ? ਅਤੇ ਬਾਕੀ ਚਲੋ ਜੀ ਹੁਣ ਮੈਂ ਚੱਲੀ ਹਾਂ ਜੀ ਕੋਲਜ, ਅਤੇ ਹੁਣ ਕੋਲਜ 'ਚੋਂ ਵਾਪਸ ਆ ਕੇ ਅਤੇ ਫਿਰ ਮਿਲਾਂਗੇ, ਠੀਕ ਹੈ? 6 hours later ਇਹ ਦੇਖੋ ਜੀ ਬਾਈ ਕਰਨ ਦੇ ਨੇ ਜੀ ਦੁਪਹਿਰ ਦਾ ਲੰਚ। ਹੈਲੋ ਜ਼ੈਨ, ਹੈਲੋ ਜ਼ੈਨ ਨੂੰ ਹੋ ਗਈ ਜੀ ਵਾਹਵਾ ਦੇਰ, ਵਜ਼ੂ ਵਜ਼ੂ ਕਰਕੇ ਹੁਣ ਆਇਆ ਵਾ, ਠੀਕ ਹੈ? ਤੇ ਆ ਜ਼ੈਨ ਖੀਰੇ ਕਿਹਨੇ ਕੱਟ ਕੇ ਦਿੱਤੇ ਨੇ? ਇਹ ਭਗਵਾਨ ਕੀ ਜ਼ੁਲਮ ਹੈ। ਲਾਲਾ ਨੇ ਮੈਂ ਕਿ ਸ਼ਾਇਦ ਆਪ ਕੱਟੇ ਨੇ, ਲਾਲਾ ਨੇ ਕਿਵੇਂ ਨੇ ਖੀਰੇ ਕੱਟ ਕੇ ਦਿੱਤੇ ਅੱਜ, ਹਾਏ ਹੇ ਐਡੇ ਮੂੰਹ ਤੇ ਮੋਤੇ। ਤੇ ਖੈਰ ਹੁਣ ਜਲਦੀ ਜਲਦੀ ਰੋਟੀ ਖਾ ਲਓ, ਟਾਈਮ ਹੋ ਗਿਆ ਵਾ ਤੁਹਾਡਾ, ਫਟਾਫਟ ਕਰ ਲਓ। ਸੈਨ ਨੇ ਤਾਂ ਮਾਸ਼ਾਅੱਲਾ ਰੋਟੀ ਖਾ ਲਈ ਹੋਈ ਹੈ, ਠੀਕ ਹੈ? ਅਤੇ ਬਾਕੀ ਹੁਣ ਵੇਖੋ ਰੋਜ਼ ਨਮਾਜ਼ ਪੜ੍ਹਨ ਦੀ, ਅਤੇ ਮੰਮਾ ਤਾਂ ਆਮ ਨਾਲ ਸੌ ਰਹੀਆਂ ਨੇ, ਠੀਕ ਹੈ? ਅਤੇ ਬਾਕੀ ਜੀ ਹੁਣ ਜਿਹੜਾ ਨਾ ਆਪਾਂ ਨਾ ਚੇਂਜ ਚੇਂਜ ਕਰੀਏ, ਠੀਕ ਹੈ? ਉਸ ਤੋਂ ਬਾਅਦ ਝੱਟ ਸਾਹ ਸੂਹ ਲਈਏ, ਰੋਟੀ ਛੁੱਟੀ ਖਾਈਏ, ਅਤੇ ਰੋਟੀ ਰੋਟੀ ਖਾਵਾਂਗੇ ਨਾ, ਉਸ ਤੋਂ ਬਾਅਦ ਫਿਰ ਅੱਗੇ ਵੇਖਣੇ ਕੀ ਕਰਨਾ ਅਤੇ ਕੀ ਨਹੀਂ ਕਰਨਾ। ਘਰ ਦੇ ਹਾਲਾਤੋਂ ਵਾਕਿਆਤ ਜਿਹੜੇ ਨੇ ਨਾ ਉਹ ਇੰਨੇ ਜ਼ਿਆਦਾ ਤਬਦੀਲ ਹੋ ਗਏ ਨਾ ਕਿ ਮਤਲਬ ਵੇਖ ਕੇ ਆਪੇ ਹੀ ਬੰਦਾ ਸੋਚਦਾ ਵੀ ਆ ਵਾਕਈ ਸਾਡਾ ਉਹੀ ਘਰ ਹੈ ਜਿੱਥੇ ਅਸੀਂ ਰਹਿੰਦੇ ਹੁੰਦੇ ਸੀ। ਇੱਧਰ ਵੇਖੋ, ਤੋਬਾ, ਸਾਰਾ ਕੁਛ ਟੈਟ ਹੋ ਗਿਆ ਹੈ, ਬਸ ਐਂਡ ਹੋ ਗਈ ਹਰ ਚੀਜ਼ ਦਾ ਖਤਮ ਐਂਡ। ਬਸ ਹੁਣ ਨਾ ਅੱਲਾ ਖੈਰ ਕਰੇ ਹੁਣ ਸਾਡਾ ਘਰ ਇੱਕ ਵਾਰੀ ਸੋਹਣਾ ਸੋਹਣਾ ਬਣ ਜਾਵੇ। ਅਤੇ ਇਹ ਵੇਖੋ ਜੀ ਹੁਣ ਮੰਮਾ ਝਾੜੂ ਝਾੜੂ ਫੇਰੀ, ਮੰਮਾ ਕਹਿੰਦੀ ਕਿ ਮੈਂ ਨਾ ਝਾੜੂ ਝਾੜੂ ਫੇਰ ਕੇ ਜਿਹੜੇ ਰਤਾ ਸ਼ੇਤਾ ਨਾ ਉਹ ਸਾਰੇ ਇਕੱਠੀ ਕਰ ਦੇਵਾਂ, ਕਿਉਂਕਿ ਫਿਰ ਬੰਦਾ ਇੱਧਰ ਆਉਂਦਾ ਜਾਂਦਾ ਆ, ਸਵੇਰ ਟਾਈਮ ਪਾਣੀ ਮੰਮਾ ਰਲ ਲਾਉਣਾ ਹੁੰਦਾ ਵਾ ਅਤੇ ਫਿਰ ਕਿਰਚ ਕੇ ਜੀ ਉਹ ਸਾਰਾ ਫਿਰ ਉਹਦੀ ਦੇ ਵਿੱਚ ਜਾਂਦਾ ਵਾ, ਠੀਕ ਹੈ? ਅਤੇ ਇਹ ਸਾਡਾ ਖੁਰਾ ਜਿੱਥੇ ਬਹਿ ਕੇ ਅਸੀਂ ਬਰਤਨ ਧੋਈਦੇ ਹੁੰਦੇ ਸੀ, ਸਾਰਾ ਹੀ ਨਾ ਕੰਮ ਖਰਾਬ ਹੋ ਗਿਆ ਵਾ, ਠੀਕ ਹੈ? ਟੈਟ ਹੋ ਗਿਆ। ਇੱਧਰ ਵੇਖੋ ਆ ਸਾਡੀਆਂ ਬੈਠੀਆਂ ਅਤੇ ਵਾਸ਼ਰੂਮਾਂ 'ਤੇ ਕੀ ਕੀ ਹੋਣਾ ਲੱਗਦਾ ਹੈ ਵੀ ਜ਼ੈਨ ਕੀ ਹੈ, ਹੁਣ ਸਵਾਦ ਆਇਆ, ਹੁਣ ਸਵਾਦ ਆਇਆ, ਜਾ ਜਾ ਸੋ ਜਾ, ਕੀ ਸੋ ਲੱਗਿਆ, ਚੱਲ ਜਾ ਨਿਕਲ ਸੋਇਆ, ਧਿਆਨ ਨਾ ਚਿੱਟੀ ਵਰਦੀ ਹੋ, ਚਿੱਟੀ ਵਰਦੀ ਹੈ ਸਾਰੀ ਵਰਦੀ ਖਰਾਬ ਹੋ ਜਾਏਗੀ। ਇਹ ਚੰਗਾਠ ਹੈ ਬੈਠਕ ਦੀ, ਲਓ ਜੀ ਆਹ ਬੈਠਕ ਦੀ ਚੰਗਾਠ ਜਿਹੜੀ ਉੱਥੋਂ ਲੱਥੀ ਵਾ, ਠੀਕ ਹੈ? ਇਹ ਵੇਖੋ ਇਹ ਸਾਡਾ ਵਾਸ਼ਰੂਮ ਵਾਲਾ ਦਰਵਾਜ਼ਾ ਸੈਕਿੰਡ ਹੈਂਡ ਸੀ, ਪਹਿਲਾਂ ਜਿਹੜਾ ਸਾਡਾ ਘਰ ਬਣਿਆ ਸੀ ਨਾ ਉਸ ਕੋਨੇ 'ਤੇ ਵਾਸ਼ਰੂਮ ਸੀ, ਉਹਦੇ 'ਤੇ ਆਹ ਲੱਗਾ ਹੋਇਆ ਸੀ, ਉਸ ਤੋਂ ਬਾਅਦ ਫਿਰ ਅਸੀਂ ਆਪਦੇ ਵਾਸ਼ਰੂਮ ਬਣਵਾ ਲਿਆ, ਹੁਣ ਮੈਂ ਪਾਪਾ ਨੇ ਕਿਹਾ ਪਾਪਾ ਇਹਨੂੰ ਥਰਡ ਹੈਂਡ ਕਰ ਲੈਂਦੇ ਹਾਂ, ਆਪਾਂ ਆਪਦੇ ਦੂਜੇ ਵਾਸ਼ਰੂਮ 'ਤੇ ਹੁਣ ਜਿਹੜਾ ਬਣਾਉਂਦੇ ਉਹਦੇ 'ਤੇ ਵੀ ਆਹੀ ਲਾ ਲੈਣ, ਪਾਪਾ ਕਹਿੰਦੇ ਹੁਣ ਉਹਦੇ 'ਤੇ ਨਵਾਂ ਕਿਉਂ ਹੁੰਦਾ, ਉਹਦੇ 'ਤੇ ਵੀ ਆਹੀ ਚੱਲਣਾ। ਹੈਲੋ ਹੁਸੈਨ, ਹਾਏ, ਹੈਲੋ, ਕਿਆ ਕਰ ਰਹੇ ਹੋ? ਜ਼ੈਨ, ਜ਼ੈਨ ਉਹ ਵੇ ਉਹ ਸੁੱਤ ਆਪਦੇ ਕਮਰੇ 'ਚ ਜਾ ਕੇ ਸੌ ਗਿਆ, ਹੋਰ ਕੁਛ? ਹਾਂ ਉਹਨੂੰ ਬੁਲਾ, ਉਹਨੂੰ ਕਿਹਾ ਉੱਠ ਜਾ ਵਾਹਵਾ ਸੌ ਲਿਆ ਏ, ਰੋਟੀ ਖਾ ਲਈਏ, ਕਿੱਧਰ?
ਅੱਛਾ 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 ਸਹੀ ਕਰ ਲੋ ਕਰ ਲੋ ਕਰ ਲੋ ਅੱਛਾ ਤੂੰ ਤੂੰ ਕਿਹਾ ਵੀ ਚੱਕ ਕੇ ਇਹਨੂੰ ਲੈ ਚੱਲੀਏ ਹੈ ਨਾ ਸਹੀ ਹੈ ਬਾਈ ਜੈਨ ਤੇ ਭਾਈ ਪ੍ਰੋਫੈਸ਼ਨਲ ਬੰਦਾ ਹੈ ਠੀਕ ਹੈ ਤੇ ਬਾਕੀ ਮੰਮਾ ਹੋਰ ਸੁਣਾਓ ਫਿਰ ਕੀ ਕੁਛ ਕੀਤਾ ਅੱਜ ਕੁਛ ਵੀ ਨਹੀਂ ਜਿਹੜੇ ਕੱਲ ਕੱਪੜੇ ਧੋਤੇ ਸੀ ਉਹਦੇ ਇਸਤਰੀ ਕੀਤੇ ਨੇ ਬਸ ਅੱਛਾ ਉਹਦੇ ਬਾਅਦ ਇਸਤਰੀ ਚਲੇ ਗਏ ਪਿੱਛੇ ਸਾਫ ਸਫਾਈ ਹੋਣ ਲੱਗ ਤੁਸੀਂ ਕੱਪੜੇ ਮੰਮਾ ਜੀ ਕੱਪੜੇ ਐਵੇਂ ਨਾ ਇੰਨੇ ਇਸਤਰੀ ਮੇਰੀ ਮਾਂ ਧੋ ਕੇ ਫਿਰ ਸਾਰਿਆਂ ਨੂੰ ਇਕੱਠੇ ਇਸਤਰੀ ਕਰੇਗੀ ਤੁਸੀਂ ਐਵੇਂ ਕਰਿਆ ਕਰੋ ਵੀ ਧੋ ਕੇ ਰੱਖ ਲਿਆ ਕਰੋ ਜਿੰਨੇ ਸੂਟ ਪਾਣਾ ਆਪਦਾ ਇਸਤਰੀ ਕਰ ਲਵੇ ਜਿਵੇਂ ਤਾਂ ਤੂੰ ਕਰ ਲੈਣੀ ਮੰਮਾ ਜੀ ਹੁਣ ਮੈਂ ਤੇ ਹੁਣ ਫਿਰ ਬਿਜ਼ੀ ਬੰਦੀ ਆ ਤੇ ਫਿਰ ਮੇਰੇ ਕੋਲ ਨਹੀਂ ਹੁੰਦਾ ਨਹੀਂ ਖੈਰ ਮੰਮਾ ਭਾਵਾਂ ਥੋੜੇ ਬਹੁਤ ਕੰਮ ਹੀ ਕਰਾਨੀ ਕਿ ਨਹੀਂ ਸਾਰੇ ਹੀ ਬਿਜ਼ੀ ਮੰਮਾ ਤੋਂ ਇਲਾਵਾ ਸਾਰੇ ਹੀ ਬਿਜ਼ੀ ਕਿਹੜਾ ਜਿਹੜਾ ਵੇਲਾ ਮੰਮਾ ਜੀ ਵੈਸੇ ਤੁਸੀਂ ਦੱਸੋ ਭਾਵਾਂ ਥੋੜੇ ਬਹੁਤ ਹੀ ਕਰਾਨੀ ਕੰਮ ਕਰਾਨੀ ਕਿ ਨਹੀਂ ਸਾਰੇ ਹੀ ਕਰਾਨੀ ਕਿਹੜਾ ਨਹੀਂ ਕਰਾਨੀ ਚਲੋ ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛੀ ਤੁਸੀਂ ਅੱਗੋਂ ਬਿਸਤੀ ਕਰਤੇ ਨਹੀਂ ਬਿਸਤੀ ਵਾਲੀ ਕਿਹੜੀ ਗੱਲ ਅੱਖਾ ਚਲੋ ਖੈਰ ਜੋ ਵੀ ਹੈ ਮੈਂ ਭਾਈ ਥੋੜ੍ਹੇ ਬਹੁਤ ਕੰਮ ਕਰਨੀ ਪਰ ਕਰਨੀ ਜ਼ਰੂਰ ਹਾਂ ਠੀਕ ਹੈ ਥੋੜ੍ਹੇ ਬਹੁਤ ਐਵੇਂ ਤਾਂ ਕਹੇ ਮੈਂ ਸਾਰਾ ਹੀ ਕੰਮ ਕਰਨੀ ਨਹੀਂ ਥੋੜ੍ਹਾ ਥੋੜ੍ਹਾ ਕਿਤੇ ਕਿਤੇ ਹੈਲਪ ਕਰਾ ਦਿੰਦੀ ਹਾਂ ਅਤੇ ਬਾਕੀ ਚਲੋ ਜੀ ਮੰਮਾ ਜੀ ਹੁਣ ਸ਼ਾਮ ਦੀ ਖਾਣੇ ਛਾਣੇ ਦਾ ਕੀ ਪਲੈਨ ਹੈ ਅੱਜ ਬਣਾਉਣਾ ਕੀ ਅੱਛਾ ਠੀਕ ਹੋ ਗਿਆ ਚਲੋ ਜੀ ਹੁਣ ਫਿਰ ਜਿਹੜਾ ਨਾ ਮੰਮਾ ਦੇ ਨਾਲ ਕੋਈ ਕੰਮ ਕੁੰਮ ਕਰਾਏ ਕੀ ਹੋਇਆ ਪਾਪਾ ਕੀ ਹੋਇਆ ਅੱਜ ਮੇਰੇ ਪਾਪਾ ਨੇ ਜ਼ਿੱਦ ਕੀਤੀ ਕਿ ਜੋ ਮਰਜ਼ੀ ਹੋ ਜਾਵੇ ਜਿਵੇਂ ਮਰਜ਼ੀ ਹੋ ਜਾਵੇ ਜਿੱਥੇ ਮਰਜ਼ੀ ਹੋ ਜਾਵੇ ਅੱਜ ਮੈਂ ਸੋਨਾ ਤੇ ਆਪਦੇ ਘਰ ਹੀ ਸੋਨਾ ਇੱਧਰ ਵੇਖੋ ਪਾਪਾ ਪਰ ਉਧਰ ਗਰਮੀ ਪੜੀ ਏ ਤੇ ਇੱਧਰ ਮੱਛਰ ਬੜਾ ਏ ਮੱਛਰ ਨਾਲ ਮੈਂ ਲੜ ਲੂ ਲਾਵਾਂਗਾ ਪਾਪਾ ਕੋ ਮੱਛਰ ਆਪਣਾ ਬਿੱਲ ਹੀ ਹੁੰਦਾ ਵਾ ਤੇਰੀ ਮਾਂ ਨਾਲ ਲੜ ਲੜ ਕੇ ਪ੍ਰੈਕਟਿਸ ਹੋਈ ਹੋਈ ਏ ਮੱਛਰ ਨਾਲ ਕਿਵੇਂ ਲੜਨਾ ਹਾਂ ਇਹ ਗੱਲ ਸਹੀ ਏ ਪਾਪਾ ਲੜ ਦੇ ਨਾਲ ਦਫਰਾਣਾ ਮੈਨੂੰ ਦੇ ਦੇ ਇੱਧਰ ਵੇਖੋ ਸੁਹਾਣਾ ਚੱਕ ਲੈ ਕੇ ਉਹ ਆਵੇ ਲੈ ਲੈ ਓਏ ਓਏ ਮੇਰੀ ਧੀ ਉਧਰੀ ਪਈ ਛੀ ਮੈਂ ਕੀ ਹੋਇਆ ਅੱਜ ਆਮਨਾ ਅੱਜ ਕਿਹੜੀ ਕੁਲਫੀ ਖਾਣੀ ਫੀਸਟ ਕੇ ਚੋਕੋ ਬਾਰ ਕੇ ਆਮਨਾ ਆਮਨਾ ਫੀਸਟ ਲੱਗ ਨੂੰ ਬੁਲਾ ਦੋ ਆਮਨਾ ਫੀਸਟ ਲੈ ਕੁਲਫੀ ਪੇਚ ਕਾਸੇ ਅੱਛਾ ਹਾਂਜੀ ਅੱਜ ਪਤਾ ਕੀ ਹੋਇਆ ਕੀ ਹੋਇਆ ਉਹ ਆਪਣੀ ਨੁੱਕਰ ਨਹੀਂ ਦੀ ਹਾਂ ਉੱਥੋਂ ਦੋ ਬਲਾਵਾਂ ਨਿਕਲ ਲਾਈਟ ਚਲੇ ਗਈ ਆਏ ਚਾਹ ਚਲੋ ਜੀ ਹੁਣ ਨਾ ਲਾਈਟ ਆ ਗਈ ਤੇ ਵੇਖੋ ਕੋਈ ਚੀਜ਼ ਚੂੰ 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 ਕਰਨ ਦਈ ਆ ਬੋਲਣ ਦਈ ਕੋਈ ਚੀਜ਼ ਪਾਪਾ ਨੇ ਮੈਨੂੰ ਇੰਨਾ ਡਰਾਤਾ ਹੁਣ ਮੇਰਾ ਮਨ ਜਿੱਦੋਂ ਚੁੱਪ ਕਰਾਂਗੇ ਤੇ ਉਹਦੀ ਆਵਾਜ਼ ਆਉ ਦਿਲ ਨਹੀਂ ਕਰਨ ਦਾ ਪਾਪਾ ਉਹ ਬਹਿ ਜਾ ਕੁਛ ਨਹੀਂ ਹੁੰਦਾ ਹੁਣ ਕੀ ਆਮਣਾ ਇੱਥੇ ਆ ਅਸੀਂ ਮਾਰਤੇ ਅੱਛਾ ਅੱਗੇ ਸੁਣਾਓ ਤੁਸੀਂ ਬੁਲਾਵਾਂ ਅਸੀਂ ਮਾਰਤੇ ਉੱਧਰ ਜਾ ਕੇ ਬਹਿ ਭਾਈ ਤੁਸੀਂ ਫਿਰ ਆ ਨਹੀਂ ਕਹਿਣਾ ਆ ਗਿਆ ਨਹੀਂ ਕਹਿੰਦੇ ਪੰਜਾਬੀ ਕਨੌਲ ਜਿੰਦੇ ਸਾਈਡ ਤੇ ਇੰਨੀਆਂ ਬੜੀਆਂ ਲੱਤਾਂ ਹੁੰਦੀਆਂ ਨੇ ਜਿਆਦੀਆਂ ਲੱਤਾਂ ਹੁੰਦੀਆਂ ਤੇ ਉਹ ਇੱਕ ਤਾਂ ਛੋਟੀ ਜਿਹੀ ਹੁੰਦੀ ਨਾ
ਉਹ ਐਸ਼ਾ ਓਏ ਅੱਡੀਆਂ ਅੱਡੀਆਂ ਮੋਟੀਆਂ ਹੱਥ ਹੱਥ ਜਿਹੜੀਆਂ ਲੰਮੀਆਂ ਪਲੀਆਂ ਪਈਆਂ ਸੀ। ਮਿਸਤਰੀ ਵੀ ਵੇਖ ਕੇ ਡਰ ਗਿਆ। ਓਏ ਅੱਛਾ ਹਮਕੋ ਸਿਖਾ ਰਿਹਾ ਹੈ। ਫਿਰ ਮਾਰੀਆਂ ਕਿੰਨੇ? ਫਿਰ ਉਹਨੇ ਮਾਰ ਕੇ ਕਈ ਦੇ ਉੱਤੇ ਪਾ ਕੇ ਫਿਰ ਬਾਹਰ ਦਫਨਾ ਕੇ ਆਇਆ। ਦਫਨ ਫਿਰ ਉਹਨਾਂ ਨੇ ਦਫਨਾਇਆ ਹੀ ਕਿਉਂ? ਕੋ ਉੱਥੋਂ ਉਹ ਇੱਟਾਂ ਪੱਟਣ ਦਿਆ ਸੀ ਤੇ ਇੱਕ ਬਿੱਛੂ ਨਿਕਲਿਆ। ਓਏ ਆਪਣੇ ਘਰ ਹੀ ਨਹੀਂ ਆ ਬਲਾਵਾਂ ਇਕੱਠੀਆਂ ਹੋਈਆਂ ਪਈਆਂ। ਪਾਪਾ ਤੁਸੀਂ ਇੱਕ ਵਾਰੀ ਸਾਨੂੰ ਇੱਕ ਨੂੰ ਉਹਦਾ ਦਾ ਵਾਕਿਆ ਵੀ ਸੁਣਾਇਆ ਸੀ ਫੌਜੀ ਵਾਲਾ, ਸਾਨੂੰ ਵੀ ਸੁਣਾਓ ਦੁਬਾਰਾ ਸੁਣਾਓ। ਉਦੋਂ ਪੁੱਤਰ ਮੇਰੀ ਨਾ ਡਿਊਟੀ ਹੁੰਦੀ ਸੀ ਕਸੂਰ ਬਾਰਡਰ ਤੇ, ਹਾਲਾਤ ਖਰਾਬ ਹੋਏ ਸੀ 2002 ਦੀ ਗੱਲ। ਤੇ ਉੱਥੇ ਬਾਰਡਰ ਤੇ ਹੁੰਦੀਆਂ ਸੀ ਕੀ ਨਾ ਝੌਂਪੜੀਆਂ ਬਣਾ ਕੇ ਉੱਥੇ ਅਸੀਂ ਰਹਿੰਦੇ ਹੁੰਦੇ। ਤੇ ਦੁਪਹਿਰ ਦਾ ਟਾਈਮ ਮੈਂ ਸੁੱਤਾ ਹਾਂ, ਟਰੋਜ਼ਰ ਸ਼ਰਟ ਮੈਂ ਪਾਏ ਹੋਈ ਸੀ ਤੇ ਉਹ ਨਾ ਪਤਾ ਨਹੀਂ ਕਿੱਧਰੋਂ ਵਾਹੀ ਤੇ ਕਦੋਂ ਹੋਏ ਹੋਏ। ਮੈਂ ਜਦੋਂ ਉਹ ਸੋਚਣਾ ਤਾਂ ਐਂ ਮੇਰੇ ਨਾ ਲੂੰ ਕੰਡੇ ਖੜੇ ਹੋ ਜਾਂਦੇ। ਠੀਕ ਹੈ, ਵੱਡੀ ਵੱਡੀ ਸੀ ਓਏ। ਹੋਰ ਲੂੰ ਕੰਡੇ ਨਹੀਂ ਹੁੰਦਾ, ਰੋਂਗਟੇ ਹੁੰਦੇ, ਰੋਂਗਟੇ। ਹਾਂ ਉਹ ਇੰਜ ਨਾ ਮੇਰੇ ਉਹ ਪੈਰ ਵੱਲੋਂ ਨਾ ਲੱਤ ਵੱਲੋਂ ਇੰਜ ਚੜੀ ਤੇ ਮੈਨੂੰ ਨਾ ਜਦੋਂ ਉਹ ਇੱਥੋਂ ਨੇਫਾ ਨਹੀਂ ਹੁੰਦਾ ਜਿਹੜਾ ਹੱਲ ਕੇ ਕੱਸ ਕੇ ਬੰਨਿਆ ਆ ਹੁੰਦਾ ਤੇ ਇਹ ਥੱਲਿਓ ਨਿਕਲ ਗਈ। ਇੱਥੋਂ ਜਦੋਂ ਨਿਕਲੀ ਨਾ ਥੱਲਿਓ ਦੀ, ਉਦੋਂ ਮੈਨੂੰ ਉਹਦੀਆਂ ਲੱਤਾਂ ਜਿਹੀਆਂ ਮਾੜੀਆਂ ਚੁੱਭੀਆਂ ਤੇ ਮੈਂ ਇੱਦਾਂ ਐਂ ਜਾਂ ਇੱਥੇ ਹੱਥੋਂ ਹੀ ਮਾਰਿਆ ਤੇ ਮੈਨੂੰ ਉਹ ਉਹਨੇ ਨੂੰ ਅਗਾਂਹ ਗੁਜ਼ਰ ਗਈ, ਫੀਲ ਨਹੀਂ ਹੋਇਆ। ਉਹ ਜਦੋਂ ਪਹੁੰਚੀ ਇਹ ਮੋਢਿਆਂ ਦੇ ਸੱਲ ਦੇ ਵਿੱਚ। ਅੱਛਾ ਫਿਰ ਉਦੋਂ ਮੈਨੂੰ ਵਾਲਾ ਜਿਹਾ ਦਵਾ ਦਵਾ ਨੇ ਇੰਝ ਕਰਕੇ ਮੈਂ ਹੱਥ ਪਾ ਕੇ ਜਦੋਂ ਆਈ ਫੜਿਆ ਤੇ ਮੈਂ ਤਾਂ ਨਾ ਯਕਦਮ ਮਰਨ ਵਾਲਾ ਹੋ ਗਿਆ। ਮੈਂ ਕਿਹਾ ਪਤਾ ਨਹੀਂ ਕੀ ਬਲਾ ਮੇਰੇ ਉੱਤੇ ਚੜ ਗਈ। ਦਵਾ ਦਾ ਮੈਂ ਉੱਚੀ ਉੱਚੀ ਰੌਲਾ ਪਾਇਆ, ਉਹ ਮੁੰਡੇ ਭੱਜ ਕੇ ਆਏ। ਉਹ ਫਿਰ ਉੱਤੋਂ ਸ਼ਰਟ ਮੈਂ ਉੱਥੋਂ ਘੁੱਟ ਕੇ ਫੜੀ ਰੱਖੀ, ਉਹਨਾਂ ਫਿਰ ਇੱਕ ਮੁੰਡੇ ਨੇ ਅਜੇ ਫੜ ਕੇ ਨਾ ਅਤੇ ਅੱਜ ਸ਼ਰਟ ਮੇਰੀ ਲਾਈ। ਜਦੋਂ ਵਿੱਚੋਂ ਨਿਕਲੀ ਉਹ ਹੋਏ 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 ਹੋਏ, ਉਹ ਸਾਰੇ ਕਹਿੰਦੇ ਤੂੰ ਬਚ ਗਿਆ ਅੱਜ। ਤਾਂ ਉਹ ਬੇਟਾ ਕੰਨ ਦੇ ਵਿੱਚ ਵੜ ਜਾਵੇ ਨਾ ਤੇ ਬੰਦਾ ਮਰ ਜਾਂਦਾ। ਉਹ ਕੰਨ 'ਚ ਹੀ ਜਾਂਦੀ ਬਸ, ਉਹ ਕੰਨ 'ਚ ਹੀ ਵੜਦੀ। ਅੱਛਾ ਉਹਨੂੰ ਕੰਨ ਇੰਨਾ ਹੀ ਸੋਹਣਾ ਲੱਗਦਾ, ਉਹ ਕੰਨ 'ਚ ਹੀ ਚਲੀ ਜਾਂਦੀ। ਮੰਮੀ ਉਹ ਕੰਨ 'ਚ ਵੜ ਕੇ ਨਾ ਤੇ ਇਹਨੇ ਜਾ ਕੇ ਚੱਕ ਮਾਰ ਲੈਣਾ, ਦਿਮਾਗ ਦੇ ਵਿੱਚ ਜਾਂਦੀ। ਹਾਏ ਸ਼ੁਕਰ ਹੈ ਪਾਪਾ ਤੁਸੀਂ ਬਚ ਗਏ। ਤੇ ਆ ਹੁਣ ਤੁਸੀਂ ਮੰਜੀ ਮੇਰੀ ਇੱਧਰ ਡਾਹਤੀ ਤੇ ਹੁਣ ਬਹਾਨਾ ਮੇਰਾ ਲਾਤਾ। ਚੰਗਾ ਕੰਮ ਕੀਤਾ, ਵੱਡੀ ਡੱਬੀ ਲਿਆ 150 ਦੀ। ਪਾਪਾ ਕਹਿੰਦੇ ਮਹੀਨਾ ਮੁੱਕਦੀ ਕਿਤੇ ਆਹਨਾ। ਅੱਛੀ ਬੱਚੀ, ਗੁੱਡ ਗਰਲ। ਚਲੋ ਬਸ ਸਾਡੀ ਦੁਕਾਨ, ਸਾਡੇ ਨਾ ਇੱਥੇ ਪਿੰਡ ਚ ਦੁਕਾਨ ਹੈ, ਉਹਨਾਂ ਦਾ ਨਾਮ ਹੈ ਸਲਮਾਨ ਤੇ ਉਹਦੇ ਅੱਬੂ ਦਾ ਨਾਮ ਸੀ ਭੋਲਾ ਤੇ ਅਸੀਂ ਨਿੱਕੇ ਹੁੰਦੇ ਹੁੰਦੇ ਕਹਿੰਦੇ ਹੁੰਦੇ ਸੀ ਅਸੀਂ ਭੜੋਲੇ ਦੀ ਦੁਕਾਨ ਤੇ ਚੱਲੇ। ਹੁਣ ਵੀ ਜਦੋਂ ਮੈਂ ਸੋਚ ਰਹੀ ਨਾ ਕਦੀ ਕਦੀ ਹੁਣ ਵੀ ਮੇਰੇ ਮੂੰਹ ਨਿਕਲ ਜਾਂਦਾ ਆਹ ਨਾ ਭੜੋਲੇ ਕੀ ਦੁਕਾਨ ਤੇ ਮਿਲੇ।
ਚਲੋ ਖੈਰ ਹੁਣ ਜਿਹੜਾ ਨਾ ਹਾਏ ਪਾਪਾ ਮੈਨੂੰ ਹੁਣ ਸਾਡੀ ਸਕੂਲ ਲਾਈਫ ਆਪਣਾ ਘਰ ਅੱਛਾ ਤੇਰੇ ਤੂੰ ਤਾਂ ਮੇਰੇ ਕੋਲੇ ਪਈ ਪੁੱਤਰ ਮੈਂ ਹੂੰ ਨਾ ਮੇਰੇ ਬਚਪਨ ਕੇ ਦਿਨ ਕਿਤਨੇ ਅੱਛੇ ਥੇ ਦਿਨ ਮੇਰੇ ਬਚਪਨ ਕੇ ਦਿਨ ਅੱਜ ਬੈਠੇ ਬਿਠਾਏ ਕਿਉਂ ਯਾਦ ਆ ਗਏ ਚੱਲ ਅੱਛਾ ਮੈਂ ਬਚਪਨ ਦੀ ਕਹਾਣੀ ਸੁਣਾ ਭਾਈ ਤੁਸੀਂ ਡਰਾਉਣਾ ਅਸੀਂ ਜਦੋਂ ਬੇਟਾ ਛੋਟੇ ਛੋਟੇ ਹੁੰਦੇ ਸੀ ਤੁਹਾਨੂੰ ਇੱਕ ਗੱਲ ਮੈਂ ਇੱਕ ਗੱਲ ਦੱਸਦਾ ਸੋਰੀ ਭਾਈ ਤੁਹਾਡੀ ਗੱਲ ਕੱਟੀ ਪਾਪਾ ਨਾ ਅਕਸਰ ਕਹਿੰਦੇ ਹੁੰਦੇ ਨੇ ਮੈਨੂੰ ਨਾ ਸਾਰੇ ਭੈਣ ਭਰਾਵਾਂ ਤੋਂ ਜ਼ਿਆਦਾ ਕੁੱਟ ਪੈਂਦੀ ਹੁੰਦੀ ਸੀ ਕਿਉਂ ਤੁਸੀਂ ਕਹਿ ਨਹੀਂ ਸੀ ਅਕਸਰ ਨਹੀਂ ਤੇਰੇ ਚ ਤਾਏ ਤਾਇਆ ਜਿਹੜਾ ਨਹੀਂ ਤਾਂ ਮੇਰੇ ਤੋਂ ਵੱਡਾ ਤੇਰੇ ਤਾਇਆ ਉਹਨੂੰ ਜ਼ਿਆਦਾ ਪੈਂਦੀ ਹੁੰਦੀ ਸੀ ਮੈਨੂੰ ਤਾਂ ਸਿਰਫ ਮੈਨੂੰ ਜਿਹੜਾ ਯਾਦ ਹੈ ਇੱਕ ਦਫ਼ਾ ਮੇਰੀ ਅੰਮੀ ਨੇ ਮੈਨੂੰ ਕੁੱਟਿਆ ਤੇ ਹਾਂ ਉਹ ਅੱਬੇ ਕੋਲੋਂ ਜ਼ਿਆਦਾ ਕੁੱਟਦੀ ਹਾਂ ਅੱਬੇ ਕੋਲੋਂ ਤੁਸੀਂ ਆਪੇ ਤੇ ਦੱਸਿਆ ਸੀ ਹਰ ਖੇਲ 'ਚ ਮੈਂ ਹੀ ਫੜੀ ਜਾਂਦਾ ਹੁੰਦਾ ਸੀ ਹਾਂ ਬੁਣੀ ਕਿਲੋ ਕਿੰਨੀ ਪਈ ਦੂਸਰੇ ਜ਼ਿਆਦਾ ਤੇਜ਼ ਸੀ ਨਾ ਉਹ ਲੁਕ ਲੁਕ ਜਾਂਦੇ ਸੀ ਤੇ ਮੈਂ ਪਾਪਾ ਕਹਿੰਦੇ ਅਸੀਂ ਸ਼ਰੀਫ ਜਿਹਾ ਹੈਗਾ ਸੀ ਮੈਂ ਕਾਬੂ ਆ ਜਾਂਦਾ ਹਾਂ ਪਾਪਾ ਤੁਸੀਂ ਦੱਸੋ ਹਾਂ ਕਿਵੇਂ ਤੁਸੀਂ ਖੇਲਦੇ ਹੁੰਦੇ ਸੀ ਬਹੁਤ ਸ਼ਰੀਫ ਨਹੀਂ ਮੈਂ ਕਹਾਣੀ ਸੁਣਾਉਣ ਲੱਗਾ ਸੀ ਉਹ ਜਿਹੜਾ ਜਿਹੜਾ ਆਪਾਂ ਛੱਪੜ ਨਹੀਂ ਵੇਖਦੇ ਹਾਂਜੀ ਅਸੀਂ ਨਿੱਕੇ ਨਿੱਕੇ ਹੁੰਦੇ ਮੈਂ ਤੇ ਤੇਰਾ ਚਾਚੂ ਅਕਰਮ ਨਹੀਂ ਸਾਡੀ ਦੋਵਾਂ ਦੀ ਇਸ ਤਰ੍ਹਾਂ ਹੁੰਦੀ ਸੀ ਕਿ ਜਿਵੇਂ ਦੋਸਤ ਨਹੀਂ ਹੁੰਦੇ ਇਸ ਤਰ੍ਹਾਂ ਅਸੀਂ ਇਕੱਠੇ ਰਹਿਣਾ ਹਰ ਟਾਈਮ ਇਕੱਠੇ ਹੀ ਕਦੀ ਇੱਧਰ ਕਦੀ ਉੱਧਰ ਕਦੀ ਇੱਧਰ ਕਦੀ ਉੱਧਰ ਤੇ ਅਸੀਂ ਨਾ ਜਦੋਂ ਛੁੱਟੀਆਂ ਹੋਣੀਆਂ ਨਾ ਗਰਮੀਆਂ ਦੀਆਂ ਅਸੀਂ ਨਾ ਉਹ ਇੱਕ ਮਛਲੀਆਂ ਪਕੜਨ ਵਾਲੀ ਨਾ ਉਹ ਕੁੰਡੀਆਂ ਜੀਆਂ ਉਹ ਨਾ ਕੁੰਡੀਆਂ ਲੈ ਕੇ ਨਾ ਦੁਕਾਨ ਤੋਂ ਧਾਗੇ ਨਾਲ ਬੰਨ ਕੇ ਤੇ ਉੱਥੇ ਛੱਪੜ ਤੇ ਚਲੇ ਜਾਣਾ ਉੱਥੋਂ ਫਿਰ ਅਸੀਂ ਮਛਲੀਆਂ ਪਕੜਨੀਆਂ ਐਡੀਆਂ ਐਡੀਆਂ ਇੱਕ ਦਿਨ ਨਾ ਐਤਵਾਰ ਦਾ ਦਿਨ ਹੋਵੇ ਅਸੀਂ ਜਿਉਂ ਸੁਬਾਹ ਦੇ ਗਏ ਤੇ ਅਸਰ ਵੇਲੇ ਘਰੇ ਆਏ ਤੇ ਮੱਛੀਆਂ ਇੰਨੀਆਂ ਇੰਨੀਆਂ ਮੱਛਲੀਆਂ ਉਹਨਾਂ ਦਾ ਛਾਪਰ ਭਰਿਆ ਘਰੇ ਲੈ ਆਏ ਤੇ ਅੰਮੀ ਨੇ ਚੁੱਕ ਲਿਆ ਲੂਣ ਮਿਰਚ ਵਾਲਾ ਬਾਰੀ ਪੈ ਲਿਓ ਇਹ ਲਾ ਵਿਚਾਰੀ ਵੱਲੋਂ ਕੀ ਕਰ ਲਾ ਤੁਸੀਂ ਮੈਂ ਕਿਹਾ ਅਸੀਂ ਸਾਰੀ ਦਿਹਾੜੀ ਏਡੀ ਮਿਹਨਤ ਨਾਲ ਪੜ੍ਹੀਆਂ ਸਾਨੂੰ ਪਕਾ ਕੇ ਦੋ ਅੰਮੀ ਆਦੀ ਇਹਨਾਂ ਦਾ ਕੀ ਪਕਾਉਣਾ ਅੰਮੀ ਆਦੀ ਚਲੋ ਇਹਨਾਂ ਨੂੰ ਛੱਡ ਕੇ ਆਓ ਫਿਰ ਅਸੀਂ ਦੁਬਾਰਾ ਗਏ ਜਾ ਕੇ ਉੱਥੇ ਛੱਡ ਕੇ ਆਏ ਹਾਏ ਹਾਏ ਫਿਰ ਅਸੀਂ ਨਿੱਕੇ ਹੁੰਦੇ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਨਾ ਅਸੀਂ ਉੱਥੇ ਛੱਪੜ ਦੇ ਵਿੱਚ ਖੇਡੀਦਾ ਹੁੰਦਾ ਸੀ ਪਾਪਾ ਅਸੀਂ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਅਸੀਂ ਗਵਰਨਮੈਂਟ ਸਕੂਲ ਪੜ੍ਹਦੇ ਸੀ ਉੱਥੇ ਗਰਾਊਂਡ 'ਚ ਲੱਗਦਾ ਹੁੰਦਾ ਸੀ ਪਾਣੀ ਉਹ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਸਟੇਜ ਤੇ ਬਹਿ ਕੇ ਥੱਲੇ ਸੁੱਟਣੀਆਂ ਫਿਰ ਰੇਸ ਲਾਈਦੀ ਹੁੰਦੀ ਸੀ ਕਿੰਨੀ ਸਭ ਤੋਂ ਅੱਗੇ ਜਾਏਗੀ ਫਿਰ ਜਦੋਂ ਬਾਰੇ ਸ਼ਾਮ ਨੇ ਅਸੀਂ ਪਾਵਣੇ ਕੱਛੇ ਤੇ ਸ਼ੂਟਾਂ ਮਾਰਨੀਆਂ ਸਿੱਧੇ ਸਕੂਲ ਵਾਲੇ ਗਰਾਊਂਡ 'ਚ ਉੱਥੇ ਜਾ ਕੇ ਤੇ ਉਦੋਂ ਬੜੀਆਂ ਬਾਰਿਸ਼ਾਂ ਹੁੰਦੀਆਂ ਸੀ ਆਇਸ਼ਾ ਓਏ ਹੋਏ 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 ਬਾਰਿਸ਼ ਹੋਣੀ ਤੇ ਬਾਹਰ ਬਾਜ਼ਾਰਾਂ ਵਿੱਚ ਨਾ ਲੱਖ ਲੱਖ ਜਿੰਨਾ ਪਾਣੀ ਖੜਾ ਹੋ ਜਾਂਦਾ ਤੁਹਾਨੂੰ ਕਿੰਨਾ ਮਜ਼ਾ ਆਉਂਦਾ ਹੋਏਗਾ ਤੁਸੀਂ ਤੈਰਦੇ ਵੀ ਹੋਵੋਗੇ ਵਾਹ ਉਹ ਦਿਨ ਤਾਂ ਫਿਰ ਉਹ ਹੀ ਸੀ ਨਾ ਹੁਣ ਤਾਂ ਜ਼ਿੰਮੇਦਾਰੀਆਂ ਇੰਨੀਆਂ ਪੈ ਗਈਆਂ ਇੰਨੀਆਂ ਮਸਰੂਫੀਆਂ ਹੋ ਗਈਆਂ ਕਿ ਟਾਈਮ ਹੀ ਨਹੀਂ ਲੱਭਦਾ ਉਹ ਖੁਰਕਣ ਦਾ ਟਾਈਮ ਨਹੀਂ ਲੱਗਦਾ
ਸਿਰ ਖੁਰਕਣ ਦਾ ਟਾਈਮ ਨਹੀਂ ਲੱਭਦਾ। ਹਾਂ ਸਿਰ ਖੁਰਕਣ ਦਾ ਟਾਈਮ ਨਹੀਂ ਲੱਭਦਾ। ਹਾਂ ਅੱਗੋਂ ਤੁਸੀਂ ਸਮਝ ਗਏ। ਹਾਂ ਅੱਗੇ ਅਸੀਂ ਸਮਝਦਾ। ਤੁਸੀਂ ਸਾਰੇ ਭੈਣ ਭਰਾ ਬਾਰੇ ਦੱਸਣਾ, ਤੁਹਾਡੇ ਬਚਪਨ ਕਿਹਦਾ ਗੁਜ਼ਰਿਆ? ਮੇਰਾ ਬਚਪਨ ਜਿਹੜਾ ਨਾ ਬਹੁਤ ਅੱਛਾ ਗੁਜ਼ਰਿਆ, ਠੀਕ ਹੈ। ਆਈ ਮਿਸ ਯੂ ਬਚਪਨ। ਆਈ ਮਿਸ ਯੂ ਬਚਪਨ ਜੀ। ਖੈਰ ਮੈਨੂੰ ਆਈ ਮਿਸ ਮਾਈ ਬਚਪਨ। ਅੱਛਾ ਜੀ, ਮੰਮਾ ਨੂੰ ਜ਼ਿਆਦਾ ਇੰਗਲਿਸ਼ ਆਉਂਦੀ ਭਾਈ, ਪਾਪਾ ਤੋਂ ਜ਼ਿਆਦਾ। ਪਾਪਾ ਵੈਸੇ ਨਾ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਾਂ, ਅਸੀਂ ਹੁਣ ਕਾਲਜ ਚਲੇ ਗਏ ਨਾ, ਰੋਲ ਰੋਲ ਕੇ ਜਦੋਂ ਜਾਣਾ ਹੈ ਰੋਲ ਰੋਲ ਕੇ ਵਾਪਸ ਆਉਣਾ, ਹੁਣ ਮੈਨੂੰ ਵੀ ਸਾਡਾ ਸਕੂਲ ਬੜਾ ਜ਼ਿਆਦਾ। ਮੈਂ ਕਹਿੰਦੀ ਘਰ ਤਾਂ ਕਾਲਜ ਓਨਾ ਕੋਈ ਦੂਰ ਹੋਣਾ ਚਾਹੀਦਾ ਜਿੰਨਾ ਕੁ ਬੰਦਾ ਤੁਰ ਕੇ ਜਾ ਸਕੇ। ਹੁਣ ਤਾਂ ਸੱਚੀ ਪੁੱਛੋ ਮੈਂ ਤਾਂ ਨਾ 2 ਹਫ਼ਤਿਆਂ ਦੇ ਵਿੱਚ ਵਿੱਚ ਅੱਕ ਗਈ ਹਾਂ ਪਾਪਾ। ਸਕੂਟੀ ਚਲਾਉਂਦੀਆਂ ਨੇ, ਸਕੂਟੀ ਚਲਾ ਕੇ ਆਉਂਦੀਆਂ, ਸਕੂਟੀ ਚਲਾ ਕੇ ਜਾਂਦੀਆਂ ਨੇ। ਬੇਟਾ ਭਾਈ ਵੱਡੇ ਹੋ ਜਾਣਗੇ ਨਾ, ਫਿਰ ਭਾਈ ਵੀ ਸ਼ਹਿਰ ਜਾਣਗੇ, ਫਿਰ ਮੈਂ ਤੁਹਾਨੂੰ ਰਸ਼ਕਾ ਲੈ ਦੇਵਾਂਗਾ। ਲੈ ਪਾਪਾ ਕੀ ਏ ਰਸ਼ਕਾ? ਕੀ ਨਹੀਂ, ਅਸੀਂ ਨਹੀਂ ਰਸ਼ਕਾ ਲੈਣਾ, ਕੈਰੀ ਡੱਬਾ ਲੈ ਦੇਵਾਂਗਾ। ਲੈ ਸਾਰੇ ਭੈਣ ਭਰਾ ਵਿੱਚ ਬੈਠੇ ਤੇ ਉਹ ਭਜਾਂਦੇ ਤੇ ਵਾਪਸ ਤੇ ਤੈਨੂੰ ਉਹੀ ਤੁਸੀਂ ਗੱਡੀ ਲੈ ਲਿਆ ਜੀ। ਤਾਂ ਗੱਡੀ ਹੁੰਦੀ ਕੈਰੀ ਡੱਬਾ? ਨਹੀਂ ਕੈਰੀ ਡੱਬਾ ਹੋਰ ਹੁੰਦਾ, ਕੈਰੀ ਡੱਬਾ ਹੋਰ ਹੁੰਦਾ ਤੇ ਗੱਡੀ ਹੋਰ ਹੁੰਦੀ। ਗੱਡੀ ਤੇ ਘੱਟ ਸਵਾਰੀਆਂ ਬੈਂਦੀਆਂ ਨੇ। ਕੈਰੀ ਡੱਬਾ ਲੈਣਾ ਬੇਚਾਰੇ ਸਾਡੇ ਭਰਾ ਆਣ ਤੇ ਫਿਰ ਕੁਛ ਕਰੀਏ ਗਾਂ। ਤੇ ਤੁਸੀਂ ਵੀਡੀਓ ਨੂੰ ਲਾਈਕ ਕਰ ਦੋ, ਸ਼ੇਅਰ ਕਰ ਦੋ ਤੇ ਕਮੈਂਟ ਕਰਕੇ ਤੁਸੀਂ ਆਹ ਲਾਜ਼ਮੀ ਦੱਸਣਾ ਵੀ ਤੁਹਾਡਾ ਬਚਪਨ ਕਿਵੇਂ ਗੁਜ਼ਰਿਆ। ਮੈਨੂੰ ਸਾਡੇ ਪਾਪਾ ਤੇ ਅਕਸਰ ਸਾਨੂੰ ਆਪਦੇ ਬਚਪਨ ਦੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ। ਨੈਕਸਟ ਵਲੌਗ 'ਚ ਅਸੀਂ ਤੁਹਾਨੂੰ ਪਾਪਾ ਜੀ ਇੱਕ ਐਸੀ ਫਨੀ ਕਹਾਣੀ ਸੁਣਾਵਾਂਗੇ, ਉਹਦੇ 'ਚ ਨਾ ਪਾਪਾ ਘਰੋਂ ਭੱਜ ਗਿਆ ਸੀ। ਉਹ ਬੜੀ ਸਬਕ ਮੋਸ ਕਹਾਣੀ ਵੀ ਹੈ, ਠੀਕ ਹੈ। ਅਤੇ ਇੱਕ ਮਤਲਬ ਜਿਹੜੇ ਬੱਚੇ ਪਾਪਾ ਦੀ ਥੋੜ੍ਹੀ ਜਿਹੀ ਹਰਕਤ ਵੀ ਹੈ, ਸਬਕ ਮੋਸ ਕਹਾਣੀ ਵੀ ਹੈ, ਠੀਕ ਹੈ ਪਾਪਾ। ਚਲੋ ਠੀਕ ਹੈ, ਲਵ ਯੂ ਤੇ ਚੈਨਲ ਸਬਸਕ੍ਰਾਈਬ ਕਰ ਦਿਆ ਜੇ। ਅੱਛਾ ਹਮਕੋ ਸਿਖਾ ਰਿਹਾ ਹੈ।